ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਰਵਨੀਤ ESS ਗਲੋਬਲ ਜਲੰਧਰ ਤੋਂ ਅੱਜ ਤੁਹਾਨੂੰ ਯੂਰਪ ਦੀਆਂ ਇੰਟਰਵਿਊਜ਼ ਬਾਰੇ ਕੁਝ ਟਿਪਸ ਦੇਣੇ ਜਾ ਰਿਹਾ ਕਿ ਜੋ ਮੇਜਰ ਪ੍ਰੋਬਲਮ ਯੂਰਪ ਦੇ ਵਿੱਚ ਬੱਚਿਆਂ ਨੂੰ ਆ ਰਹੀ ਹੈ ਕਿ ਬੱਚੇ ਅਪਲਾਈ ਵੀ ਕਰ ਰਹੇ ਆ ਆਪਣਾ ਵੀਜ਼ਾ ਵੀ ਲੈ ਰਹੇ ਆ ਕਾਫੀ ਸਾਰੇ ਬੱਚੇ ਰਿਫਿਊਜ਼ ਵੀ ਹੋ ਕੇ ਵਾਪਿਸ ਆ ਰਹੇ ਆ ਪੁੱਛ ਰਹੇ ਆ ਕਿ ਸਰ ਅਸੀਂ ਉੱਥੋਂ ਅਪਲਾਈ ਕੀਤਾ ਸੀ ਸਾਡਾ ਯੂਰਪ ਦਾ ਵੀਜ਼ਾ ਸਕਸੈਸਫੁਲ ਨਹੀਂ ਉਹਦਾ ਕਾਰਨ ਕੀ ਹੈ ਸਰ ਜੋ ਐਟ ਦ ਐਂਡ ਮੇਜਰ ਗੱਲ ਨਿਕਲ ਕੇ ਆਉਂਦੀ ਯੂਰਪ ਦੇ ਵੀਜ਼ੇ ਦੇ ਵਿੱਚ ਉਹ ਇਹ ਚੀਜ਼ ਆ ਰਹੀ ਹੈ ਕਿ ਬੱਚਿਆਂ ਨੂੰ ਬੇਸਿਕ ਕੁਐਸਚਨਸ ਵੀ ਨਹੀਂ ਆਪਣੇ ਪਤਾ ਕਿ ਸਾਡਾ ਕੋਰਸ ਕਿਹੜਾ ਆ ਜਾਂ ਸਾਡੀ ਯੂਨੀਵਰਸਿਟੀ ਕਿਹੜੀ ਆ ਜਾਂ ਯੂਨੀਵਰਸਿਟੀ ਦਾ ਕੈਂਪਸ ਕਿਹੜੀ ਸਿਟੀ ਦੇ ਵਿੱਚ ਆ ਸਾਡੀ ਸਾਲ ਦੀ ਫੀਸ ਕਿੰਨੀ ਆ ਸਾਡਾ ਕੋਰਸ ਦੀ ਡਿਊਰੇਸ਼ਨ ਕਿੰਨੀ ਆ ਉਹਦਾ ਕਾਰਨ ਮੇਜਰ ਇਹ ਨਿਕਲ ਕੇ ਆ ਰਿਹਾ ਕਿ ਬੱਚਿਆਂ ਨੂੰ ਅਸੀਂ ਹੁਣ ਦੇਖੋ ਅਸੀਂ ਵੀ ਅਪਲਾਈ ਕਰਦੇ ਹਾਂ ਯੂਰਪ ਦਾ ਸਟੂਡੈਂਟ ਵੀਜ਼ਾ ਕਿਉਂ ਬੱਚਿਆਂ ਨੂੰ ਕਹੀਦਾ ਕਿ ਤੁਹਾਡੇ 5 ਬੈਂਡ ਆ ਇਸ 'ਚੋਂ ਜਾਂ 5.5 ਬੈਂਡ ਹੋਣੇ ਜ਼ਰੂਰੀ ਆ ਉਹਦਾ ਕਾਰਨ ਇਹ ਹੈ ਕਿ ਬੱਚੇ ਨੂੰ ਐਟਲੀਸਟ ਇੰਨੀ ਕੁ ਇਨਫੋਰਮੇਸ਼ਨ ਆਪਣੀ ਪਤਾ ਹੋਵੇ ਕਿ ਉਹਦੇ ਕਾਲਜ ਦਾ ਐਡਰੈਸ ਕੀ ਆ ਠੀਕ ਹੈ ਜਾਂ ਯੂਨੀਵਰਸਿਟੀ ਦਾ ਐਡਰੈਸ ਕੀ ਆ ਉਹਦੇ ਕੋਰਸ ਦੀ ਡਿਊਰੇਸ਼ਨ ਕਿੰਨੀ ਆ ਸਾਲ ਦੀ ਫੀਸ ਕਿੰਨੀ ਆ ਜਿਹੜੇ ਸ਼ਹਿਰ ਉਹ ਆਪਣਾ ਕੰਟਰੀ ਅਪਲਾਈ ਕਰ ਰਿਹਾ ਚਾਹੇ ਉਹ ਜਰਮਨ ਹੈਗਾ ਆ ਜਾਂ ਲਾਈਕ ਆਪਾਂ ਕਹਿੰਦੇ ਲਿਥੁਆਨੀਆ ਹੈਗਾ ਉਹਦੀ ਕੈਪੀਟਲ ਕੀ ਆ ਸੋ ਬੱਚਿਆਂ ਨੂੰ ਇਹਨਾਂ ਬੇਸਿਕ ਕੁਐਸਚਨਸ ਦੇ ਬਾਰੇ ਹੀ ਨਹੀਂ ਪਤਾ ਜਿਹਨਾਂ ਕਰਕੇ ਬੱਚੇ ਕੀ ਆ ਕਿ ਵਿਦਾਊਟ ਆਇਲਸ ਆਪਣਾ ਅਪਲਾਈ ਜ਼ਰੂਰ ਕਰ ਲੈਂਦੇ ਆ ਬਟ ਉਹਨਾਂ ਨੂੰ ਸਕਸੈਸ ਰੇਟ ਵੀਜ਼ਾ ਦੇ ਵਿੱਚ ਇੰਨਾ ਨਹੀਂ ਮਿਲਦਾ ਸੋ ਮੇਰੀ ਉਹਨਾਂ ਜਿਹੜੇ ਬੱਚੇ ਇੰਟਰਵਿਊ ਦੇ ਵਿੱਚ ਸਟਰਗਲ ਕਰ ਰਹੇ ਉਹਨਾਂ ਨੂੰ ਰਿਕੁਐਸਟ ਇਹੀ ਹੈ ਕਿ ਪਲੀਜ਼ ਆਪਣਾ ਜੇ ਤੁਸੀਂ ਯੂਰਪ ਦਾ ਵੀ ਵੀਜ਼ਾ ਅਪਲਾਈ ਕਰਨਾ ਹੈ ਤਾਂ ਘੱਟੋ ਘੱਟ ਆਪਣੇ 5 ਬੈਂਡ ਈਚ ਲੈ ਕੇ ਜਾਂ 5.5 ਓਵਰਆਲ ਬੈਂਡ ਲੈ ਕੇ 2 'ਚੋਂ ਕੋਈ 5 ਵੀ ਰਹਿ ਗਏ ਜਾਂ ਕਿਸੇ 1 'ਚੋਂ 5 ਰਹਿ ਗਏ ਉਹ ਕੋਈ ਪ੍ਰੋਬਲਮ ਨਹੀਂ ਆਇਲਸ ਦੇ ਨਾਲ ਅਪਲਾਈ ਕਰੋ ਤਾਂ ਜੋ ਤੁਹਾਨੂੰ ਇੰਨੀ ਕੁ ਇੰਗਲਿਸ਼ ਆਉਂਦੀ ਹੋਣੀ ਚਾਹੀਦੀ ਕਿ ਤੁਸੀਂ ਵੀਜ਼ਾ ਆਫਿਸਰ ਦੇ ਕੁਐਸਚਨ ਸਮਝ ਸਕੋ ਜਾਂ ਜੇ ਵੀਜ਼ਾ ਆਫਿਸਰ ਤੁਹਾਨੂੰ ਉੱਥੇ ਕਹਿ ਰਿਹਾ ਕਿ ਤੁਸੀਂ ਆਪਣਾ ਰਿਟਰਨ ਦੇ ਵਿੱਚ ਇੱਕ ਟੈਸਟ ਦੇ ਦਿਓ ਕਿ ਨੋਰਮਲੀ ਅੱਜ ਦੀ ਡੇਟ ਦੇ ਵਿੱਚ ਯੂਰਪ ਦੀ ਐਂਬੈਸੀ 'ਚ ਕਈ ਵਾਰੀ ਰਿਟਰਨ ਵਿੱਚ ਵੀ ਟੈਸਟ ਉਹ ਲੈ ਰਹੇ ਆ ਤਾਂ ਤੁਸੀਂ ਉੱਥੇ ਜਿਹੜੇ ਕੁਐਸਚਨਸ ਉਹਨਾਂ ਨੇ ਪੁੱਛੇ ਉਹਦਾ ਆਨਸਰ ਜਿਹੜਾ ਰਿਟਰਨ ਦੇ ਵਿੱਚ ਪ੍ਰਿਪੇਅਰ ਕਰਕੇ ਲਿਖ ਕੇ ਦੇ ਸਕੋ ਨਹੀਂ ਤਾਂ ਪ੍ਰੋਬਲਮ ਸਭ ਤੋਂ ਵੱਡੀ ਇਹੀ ਆ ਰਹੀ ਹੈ ਬੱਚੇ ਨੂੰ ਕਿ ਬੱਚੇ ਨੂੰ ਕੁਐਸਚਨਸ ਵੀਜ਼ਾ ਆਫਿਸਰ ਵੱਲੋਂ ਕੋਈ ਪੁੱਛਿਆ ਜਾ ਰਿਹਾ ਬਟ ਬੱਚਾ ਉਹਦਾ ਜਵਾਬ ਅੱਗੋਂ ਨਹੀਂ ਦੇ ਪਾ ਰਿਹਾ ਉਹਦਾ ਕਾਰਨ ਹੈ ਕਿ ਉਹਨੂੰ ਕੁਐਸਚਨ ਸਮਝ ਵੀ ਨਹੀਂ ਲੱਗ ਰਿਹਾ ਸੋ 5 ਬੈਂਡ ਦਾ ਮਤਲਬ ਇਹ ਨਹੀਂ ਹੈਗਾ ਕਿ ਬੱਚੇ ਨੂੰ ਇੰਗਲਿਸ਼ ਬਹੁਤ ਜ਼ਿਆਦਾ ਆ ਰਹੀ ਆ ਠੀਕ ਹੈ ਜਾਂ ਬੱਚਾ ਵੈਲ ਫਲੂਐਂਟ ਇੰਗਲਿਸ਼ ਦੇ ਵਿੱਚ ਗੱਲ ਕਰ ਰਿਹਾ ਸੋ ਇੱਕ ਬੱਚੇ ਦਾ 5 ਬੈਂਡ ਦਾ ਮਿਨੀਮਮ ਦਾ ਮਤਲਬ ਇਹ ਹੈ ਕਿ ਬੱਚਾ ਕਮ ਸੇ ਕਮ ਜਿਹੜੇ ਉਹਦੇ ਕੁਐਸਚਨਸ ਪੁੱਛਿਆ ਵੀਜ਼ਾ ਅਫਸਰ ਨੂੰ ਉਹ ਸਮਝ ਸਕੇ ਕਿ ਕੁਐਸਚਨਸ ਮੇਰੇ ਕੋਲ ਪੁੱਛਿਆ ਕੀ ਜਾ ਰਿਹਾ ਕਿਉਂ ਉੱਥੇ ਕੋਈ ਹਾਰਡ ਐਂਡ ਫਾਸਟ ਯੂਰਪ ਦੇ ਵਿੱਚ ਇੰਟਰਵਿਊ ਨਹੀਂ ਹੁੰਦੀ ਕਿ ਤੁਹਾਨੂੰ ਬਹੁਤ ਡੀਪਲੀ ਆਪਣੀ SOP ਦੇ ਬਾਰੇ ਪੁੱਛਿਆ ਜਾਏਗਾ ਜਾਂ ਤੁਹਾਨੂੰ ਡੀਪ ਦੇ ਵਿੱਚ ਕੋਰਸਿਸ ਦੇ ਬਾਰੇ ਕੋਰਸਿਸ ਦੇ ਯੂਨਿਟਸ ਬਾਰੇ ਠੀਕ ਹੈ ਤੁਹਾਨੂੰ ਡੈਪਥ ਦੇ ਵਿੱਚ ਪੁੱਛਿਆ ਜਾਏਗਾ ਉਹ ਜਸਟ ਇੱਕ ਬੇਸਿਕ ਇੰਟਰਵਿਊ ਬੱਚੇ ਦੀ ਲੈਂਦੀ ਹੈ ਕਿ ਬੱਚੇ ਨੂੰ ਕੀ ਇਹ ਪਤਾ ਹੈ ਕਿ ਉਹ ਕਿਹੜੇ ਕਾਲਜ ਯੂਨੀਵਰਸਿਟੀ ਜਾ ਰਿਹਾ ਕਿਹੜੇ ਕੋਰਸ ਲਈ ਜਾ ਰਿਹਾ ਸਾਲ ਦੀ ਉਹਦੀ ਫੀਸ ਕਿੰਨੀ ਆ ਸਾਲ ਦਾ ਉਹਦਾ ਰਹਿਣ ਸਹਿਣ ਦਾ ਖਰਚਾ ਕਿੰਨਾ ਹੈ ਪੜ੍ਹਾਈ ਤੋਂ ਬਾਅਦ ਉਹ ਬੱਚਾ ਕਰੇਗਾ ਕੀ ਉਹਨੂੰ ਉੱਥੇ ਵਰਕ ਪਰਮਿਟ ਦੀ ਪਰਮਿਸ਼ਨ ਹੈ ਕਿ ਨਹੀਂ ਹੈ ਕਿ ਉਹਨੂੰ ਆਫਟਰ ਸਟੱਡੀ ਵਰਕ ਪਰਮਿਟਸ ਜਿਹੜਾ ਉਹ ਮਿਲੇਗਾ ਕਿ ਨਹੀਂ ਮਿਲੇਗਾ ਡਿਊਰਿੰਗ ਸਟੱਡੀ ਵਰਕ ਰਾਈਟਸ ਹੈਗੇ ਕਿ ਨਹੀਂ ਹੈਗੇ ਸੋ ਇਹ ਛੋਟੇ ਛੋਟੇ ਉਹਨਾਂ ਦੇ ਕੰਸਰਨ ਹੁੰਦੇ ਆ ਮੇਜਰ ਜਿਹੜੇ 5-7 ਕਿ ਬੱਚਿਆਂ ਨੂੰ ਪਤਾ ਹੋਣੇ ਚਾਹੀਦੇ ਆ ਜਿਹਨੂੰ ਆਪਾਂ ਕਹਿ ਦਿੰਦੇ ਕਿ ਵਾਕਿਆ ਬੱਚੇ ਨੇ ਜੇ ਜਰਮਨੀ ਪੜ੍ਹਨ ਜਾ ਰਿਹਾ ਬੱਚਾ ਕੋਈ ਆਪਣਾ 12-15 ਲੱਖ ਰੁਪਇਆ ਅਪਰੋਕਸੀਮੇਟਲੀ ਬੱਚਾ ਇੱਥੋਂ ਖਰਚਦਾ ਹੈ ਜੇ 'ਚ ਉਹਨੂੰ ਉਹਦਾ ਲਿਵਿੰਗ ਐਕਸਪੈਂਸਿਸ ਵਾਪਸ ਹੋ ਜਾਂਦਾ ਇੰਨੇ ਪੈਸੇ ਖਰਚਣ ਦੇ ਬਾਵਜੂਦ ਵੀ ਕਿ ਉਹਨੂੰ ਇੰਨੀਆਂ ਚੀਜ਼ਾਂ ਦਾ ਪਤਾ ਹੈ ਇਹੀ ਮੇਜਰ ਕੰਸਰਨ ਹੈਗਾ ਯੂਰਪ ਦੀਆਂ ਇੰਟਰਵਿਊਜ਼ ਦੇ ਲਈ ਸੋ ਪਲੀਜ਼ ਜੇ ਤੁਸੀਂ ਯੂਰਪ ਦੇ ਲਈ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਆਪਣਾ ਇੰਟਰਵਿਊ ਦੇ ਉੱਤੇ ਜ਼ਰੂਰ ਥੋੜ੍ਹਾ ਜਿਹਾ ਧਿਆਨ ਦਿਉ ਕੋਸ਼ਿਸ਼ ਕਰੋ ਕਿ ਆਪਣਾ ਆਇਲਸ ਦੇ ਨਾਲ ਹੀ ਅਪਲਾਈ ਕਰੋ ਤਾਂ ਜੋ ਜਿਹੜਾ ਤੁਹਾਡਾ ਵੀਜ਼ਾ ਸਕਸੈਸ ਰੇਟ ਹੋ ਜਾਵੇ